मैं शमशेर सिंह संधू बोल रहा जी। ज्ञानी सोहन सिंह शीतल हो रही मेरे फादर नाल सन। उस तो पहला उन्होंने संपर्क पैदा होने तो पहला मैं उर्दू फारसी पढ़िया होया। उन्होंने किताबा पढ़ के ते मैं पंजाबी पढ़नी शुरू की, पंजाबी सीखी और एम ए पंजाबी की। और एम ए करद्या होया बहुत सारिया सभावान का मैं जड़ा मैंबर स। और जड़ी पंजाबी प्रमोट करने वाली है सभा सी उसका प्रधान स, कॉलेज मैगजीन का एडिटर स, स्टूडेंट काउंसल का मैंबर स और बहुत सरगर्म स। वक्त बीतता गया, मास्टर ऑफ आर्ट्स करन तो बाद एम ए पंजाबी करन तो बाद एम एड की, जिहड़ी कि राजस्थान तो मैं पास की। उस तो बाद लैक्चर भर्ती हो के ते लंबा समा पंजाबी पढ़ाउण दा काम किया और पंजाबी पढ़ाई और अखीर विच डिप्टी डीओ डिस्ट्रिक्ट एजुकेशन ऑफिसर ते फिर स्टेट दा डिप्टी डायरेक्टर दे तौर ते मैं रिटायर होया। 1997 दे विच अपने बेटे कोल इत्थे कैलगरी आ गया और इत्थे आण के भी सभावां दे नाल जिहड़ियां कि पंजाबी दी गल करदियां सन और उस नूं प्रमोट करदियां सन संबंधित उन्हां नाल रहा। दूजे गज़लां सुन सुन के ते आप गज़ल लिखण दा शौक पैदा हो गया। पहली किताब गा जिंदगी दे गीत जिहड़ी है वह 2003 विच छपवाई कैलगरी विच। उस वक्त पंजाबी दी छपन वाली इत्थे पहली किताब सी, जिस दे विच 99 गज़लां हैं मेरियां। इस तों बाद यह विचार आया मन विच कि जदों मैं एम ए कर रहा सां उदों तों लग के ਇੱਥੇ ਆਉਣ ਤੱਕ ਮੈਨੂੰ ਕਵਿਤਾ ਲਿਖਣ ਦਾ ਕਦੇ ਕਦੇ ਸ਼ੌਕ ਸੀ। ਫਿਰ ਅਗਲੇ ਫੇਰੇ ਜਦੋਂ ਇੰਡੀਆ ਦੇ ਗਿਆ ਮੈਂ ਉੱਥੋਂ ਆਪਣੀਆਂ ਜਿਹੜੀਆਂ ਲੱਭ ਸਕੀਆਂ ਉਹ ਕਵਿਤਾਵਾਂ ਨਾਲ ਲਿਆ ਕੇ ਆਇਆ ਔਰ ਦੂਸਰੀ ਕਿਤਾਬ ਦੇ ਸ਼ੁਰੂ ਵਿੱਚ ਉਹ ਕਵਿਤਾਵਾਂ ਹੈਨ, ਗੀਤ ਹੈਨ। ਔਰ ਉਸ ਕਿਤਾਬ ਦੇ ਵਿੱਚ 40 ਗਜ਼ਲਾਂ ਵੀ ਸ਼ਾਮਿਲ ਨੇ। ਇਸ ਤੋਂ ਬਾਅਦ ਉਹ ਗਜ਼ਲਾਂ ਲਿਖਣ ਦਾ ਕੰਮ ਜਿਹੜਾ ਹੈ ਉਹ ਜਾਰੀ ਰਿਹਾ ਔਰ ਜਿਹੜੀ ਦੂਸਰੀ ਕਿਤਾਬ ਸੀ ਜੋਤ ਸਾਹਸ ਦੀ ਜਗ੍ਹਾ, ਉਸ ਤੋਂ ਬਾਅਦ ਤੀਸਰੀ ਕਿਤਾਬ ਜਿਹੜੀ ਮੈਂ ਲਿਖੀ ਉਹ ਬਣ ਛੁਆ ਤੂੰ ਲਿਖੀ ਔਰ ਉਸ ਦੇ ਵਿੱਚ ਸਾਰੀਆਂ ਗਜ਼ਲਾਂ ਹੀ ਹਨ ਔਰ 112 ਗਜ਼ਲਾਂ ਉਸ ਦੇ ਵਿੱਚ ਹਨ। ਤੀਸਰੀ ਕਿਤਾਬ ਜਿਹੜੀ ਛਪਣ ਤੋਂ ਬਾਅਦ ਉਹ ਗਜ਼ਲ ਲਿਖਣ ਦਾ ਕੰਮ ਨਿਰੰਤਰ ਜਾਰੀ ਰਿਹਾ ਔਰ ਚੌਥੀ ਕਿਤਾਬ ਰੌਸ਼ਨੀ ਦੀ ਭਾਲ ਜਿਹੜੀ ਹੈ ਉਹ ਛਪਾਈ। ਇਹ ਵੀ ਕਿਤਾਬ ਕੈਲਗਰੀ ਵਿੱਚ ਹੀ ਛਪੀ ਪਹਿਲਾਂ ਔਰ ਇਸ ਦੇ ਵਿੱਚ 88 ਗਜ਼ਲਾਂ ਸ਼ਾਮਿਲ ਹਨ। ਪੰਜਵੀਂ ਕਿਤਾਬ ਜਿਹੜੀ ਹੈ ਮੇਰੀ ਉਹ ਸੁਰਗ ਦੀ ਲੀਕ ਹੈ ਔਰ ਇਸ ਦੇ ਵਿੱਚ ਕੁੱਲ 84 ਗਜ਼ਲਾਂ ਸ਼ਾਮਿਲ ਹਨ।
ਇਹ ਪੰਜ ਕਿਤਾਬਾਂ ਜਿਹੜੀਆਂ ਛਪ ਜਾਣ ਤੋਂ ਬਾਅਦ ਥੋੜ੍ਹਾ ਜਿਹਾ ਸਮੇਂ ਦਾ ਪਾਜ਼ ਆ ਗਿਆ, ਵਿੱਚ ਠਹਿਰਾਅ ਆ ਗਿਆ, ਔਰ ਮਗਰ ਗਜ਼ਲ ਲਿਖਣ ਦਾ ਕੰਮ ਜਾਰੀ ਰਿਹਾ। ਔਰ ਛੇਵੀਂ ਕਿਤਾਬ ਇਸ ਤੋਂ ਬਾਅਦ ਟਲ ਰਹੇ ਇਹ ਸੂਰਜ ਆ, ਇਹ ਮਹਿਸੂਸ ਕੀਤਾ ਕਿ ਉਮਰ ਦੇ ਨਾਲ ਇਹ ਸੂਰਜ ਜਿਹੜਾ ਹੈ ਇਹ ਟਲ ਰਿਹਾ ਹੈ, ਅਤੇ ਕਿਤਾਬ ਦਾ ਨਾਂ ਵੀ ਟਲ ਰਹੇ ਇਹ ਸੂਰਜ ਰੱਖਿਆ। ਇਸ ਦੇ ਵਿੱਚ ਇੱਕ ਘੱਟ 90 ਅਤੇ ਇੱਕ ਗਜ਼ਲਾਂ ਹਨ। ਕੁੱਲ ਹੁਣ ਤੱਕ 500 ਤੋਂ ਵੱਧ ਗਜ਼ਲਾਂ ਇਹਨਾਂ ਛਿਆਂ ਕਿਤਾਬਾਂ ਦੇ ਵਿੱਚ ਮੇਰੀਆਂ ਛਪ ਚੁੱਕੀਆਂ ਨੇ। 2010 ਦੇ ਵਿੱਚ ਇੱਕ ਬ੍ਰੇਨ ਦੇ ਆਪਰੇਸ਼ਨ ਵਿੱਚ ਵੱਧ ਕਿਸਮ ਦੇ ਨਾਲ ਮੇਰੇ ਸੱਜੇ ਕੰਨ ਦੀ ਹੀਅਰਿੰਗ ਖਤਮ ਹੋ ਗਈ। ਨਜ਼ਰ 'ਤੇ ਵੀ ਇੰਨਾ ਬੁਰਾ ਅਸਰ ਪਿਆ ਕਿ ਇੱਕ ਅੱਖ ਕੁਛ ਹੋਰ ਵੇਖਦੀ ਸੀ, ਦੂਸਰੀ ਹੋਰ ਵੇਖਦੀ ਸੀ, ਮਗਰ ਸਮੇਂ ਦੇ ਨਾਲ ਹੌਲੀ 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 ਕੁਛ ਠੀਕ ਹੋਇਆ। ਔਰ ਮੈਂ ਛੇਵੀਂ ਕਿਤਾਬ ਜਿਹੜੀ ਹੈ ਉਹ ਛਪਾਉਣ ਵਿੱਚ ਕਾਮਯਾਬ ਹੋ ਗਿਆ। ਤਾਂ ਪਿਆਰੇ ਦੋਸਤੋ, ਮੇਰੇ ਵਾਲਦ ਨੇ ਮੈਨੂੰ MA ਇੰਗਲਿਸ਼ ਵਿੱਚ ਦਾਖਲ ਕਰਾਇਆ ਸੀ, ਮਗਰ ਉਹਨਾਂ ਨੂੰ ਦੱਸਿਆਂ ਤੋਂ ਬਿਨਾਂ ਹੀ ਮੈਨੂੰ ਸ਼ੌਕ, ਕਿਉਂਕਿ ਪੰਜਾਬੀ ਦਾ ਸੀ ਵੀ ਇਹ ਜ਼ਬਾਨ ਮੈਨੂੰ ਨਹੀਂ ਆਉਂਦੀ, ਕਿਉਂਕਿ 10ਵੀਂ ਵਿੱਚ ਮੈਂ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਸੀ ਉੜਾੜਾ, ਔਰ ਪੰਜਾਬੀ ਔਰ ਫਾਰਸੀ ਦੇ ਨਾਲ ਮੈਂ 10ਵੀਂ ਜਮਾਤ ਪਾਸ ਕੀਤੀ ਸੀ। ਇਸ ਵਾਸਤੇ ਇਹ ਅਹਿਸਾਸ ਮਨ ਵਿੱਚ ਰਿਹਾ ਕਿ ਮੈਨੂੰ ਇਹ ਇੱਕ ਬੋਲੀ ਹੈ ਜਿਹੜੀ ਕਿ ਨਹੀਂ ਆਉਂਦੀ ਜਾਂ ਘੱਟ ਆਉਂਦੀ ਹੈ। ਇਸ ਵਾਸਤੇ ਸਵਿਚ ਓਵਰ ਕਰਕੇ ਅਤੇ MA ਪੰਜਾਬੀ ਕਰ ਲਏ। MA ਪੰਜਾਬੀ ਕਰਨ ਤੋਂ ਬਾਅਦ MEd ਕੀਤੀ ਸਰਦਾਰ ਸ਼ਾਹ ਰਾਜਸਥਾਨ ਤੋਂ, ਔਰ ਨੌਕਰੀ ਸ਼ੁਰੂ ਕੀਤੀ ਲੈਕਚਰਰ ਦੇ ਤੌਰ 'ਤੇ। ਉਸ ਤੋਂ ਬਾਅਦ ਪ੍ਰਮੋਟ ਹੋ ਕੇ ਡਿਪਟੀ DO ਬਣ ਗਏ, DO ਬਣ ਗਏ, ਔਰ ਫਿਰ ਉਸ ਤੋਂ ਉਪਰੰਤ ਡਿਪਟੀ ਡਾਇਰੈਕਟਰ ਸਟੇਟ ਦਾ ਬਣ ਗਿਆ। ਇੱਥੇ ਆਣ ਕੇ ਅਤੇ ਮੇਰੀ ਸਿੱਖ ਵਿਰਸਾ ਵਿੱਚ ਇੱਕ ਕਵਿਤਾ ਛਪੀ, ਇੱਕ ਗਜ਼ਲ ਗੋ ਸਾਥੀ ਦਾ ਫੋਨ ਆਇਆ ਉਹ ਕਵਿਤਾ ਪੜ੍ਹ ਕੇ, ਅਤੇ ਉਸਨੇ ਕਿਹਾ ਕਿ ਪਹਿਲਾ ਸ਼ੇਅਰ ਜਿਹੜਾ ਹੈ ਉਹ ਵਜ਼ਨ ਵਿੱਚ ਹੈ, ਮਗਰ ਬਾਕੀ ਦੀ ਕਵਿਤਾ ਜਿਹੜੀ ਹੈ ਉਹ ਵਜ਼ਨ ਵਿੱਚ ਨਹੀਂ। ਉਹਨਾਂ ਨੇ ਮੈਨੂੰ ਇਹ ਸਮਝਾਇਆ ਕਿ ਵਜ਼ਨ ਜਿਹੜਾ ਹੈ, ਬਹਿਰ ਜਿਹੜੀ ਹੈ, ਉਹ ਕੀ ਚੀਜ਼ ਹੈ, ਔਰ ਇਸ ਸ਼ੌਕ ਨੂੰ ਮੈਂ ਅੱਗੇ ਵਧਾਉਂਦਿਆਂ ਹੋਇਆਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਗਜ਼ਲ ਜਿਹੜੀ ਹੈ ਉਹ ਕਿਹੜੇ ਕਿਹੜੇ ਬਹਿਰਾਂ ਵਿੱਚ ਅੱਗੇ ਪੰਜਾਬੀ ਵਿੱਚ ਪ੍ਰਚਲਿਤ ਨੇ, ਔਰ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਗਜ਼ਲ ਬਾਰੇ ਨੇ ਉਹ ਵੀ ਪੜ੍ਹੀਆਂ। ਸਭ ਤੋਂ ਪਹਿਲੀ ਕਿਤਾਬ ਮੇਰੀ ਜਿਹੜੀ ਗਜ਼ਲਾਂ ਦੀ ਛਪੀ ਗਾ ਜ਼ਿੰਦਗੀ ਦੇ ਗੀਤ ਤੋਂ, ਉਸ ਦੇ ਵਿੱਚ 99 ਗਜ਼ਲਾਂ ਨੇ। ਮੈਨੂੰ ਯਾਦ ਹੈ ਉਹ ਦਿਨ ਕਿ ਜਦੋਂ ਕਿਤਾਬ ਛਾਪ ਕੇ ਆ ਗਈ, ਇੱਕ ਸਾਥੀ ਨੇ ਹੋਰ ਕਿਹਾ ਕਿ ਜੇ ਤੁਸੀਂ ਇੱਕ ਹੋਰ ਪਾ ਦਿੰਦੇ ਤਾਂ 100 ਬਣ ਜਾਣੀ ਸੀ। ਤਾਂ ਮੈਂ ਉਹਨਾਂ ਨੂੰ ਦੱਸਿਆ ਭਾਈ ਇਹ ਕੰਮ ਖਿਡਾਉਣ ਵਾਲਾ ਨਹੀਂ, ਨਿਰੰਤਰ ਹੈ, ਜਾਰੀ ਰਹਿਣ ਵਾਲਾ ਸ਼ੌਕ ਹੈ। 99 ਇਸ ਵਾਸਤੇ ਰੱਖੀਆਂ ਗਈਆਂ ਨੇ। ਔਰ ਇਸ ਸਮੇਂ ਦੇ ਵਿੱਚ ਮੈਂ ਕਿਤਾਬ ਅਗਲੀ ਲਿਖੀ, ਦੂਸਰੀ ਲਿਖੀ, ਤੀਸਰੀ ਲਿਖੀ, ਚੌਥੀ ਲਿਖੀ, ਪੰਜਵੀਂ ਲਿਖੀ, ਛੇਵੀਂ ਲਿਖੀ, ਇਸ ਪ੍ਰਕਾਰ 500 ਤੋਂ ਵੱਧ ਗਜ਼ਲਾਂ ਜਿਹੜੀਆਂ ਨੇ ਉਹ ਪਾਠਕਾਂ ਦੀ ਝੋਲੀ ਵਿੱਚ ਪਾਈਆਂ। ਮੇਰਾ ਇਹ ਸ਼ੌਕ ਜਿਹੜਾ ਸੀ ਉਸਨੇ ਮੈਨੂੰ ਪੰਜਾਬੀ ਗਜ਼ਲ ਲਿਖਣ ਵਿੱਚ ਪਰਪੱਕ ਕਰਨ ਦਾ ਯਤਨ ਕੀਤਾ। ਤਾਂ ਇਸ ਤੋਂ ਬਾਅਦ ਮੈਂ ਚਾਹਾਂਗਾ ਵੀ ਤੁਹਾਨੂੰ ਸਾਥੀਆਂ ਨੂੰ ਇੱਕ ਦੋ ਗਜ਼ਲਾਂ ਪੇਸ਼ ਕਰਾਂ,
ਗਜ਼ਲ ਪੇਸ਼ ਹੈ। ਸੋਚਾਂ ਉਸ ਦੀ ਯਾਦ ਭਲਾ ਮੈਂ ਕੀ ਕਰਨੀ, ਪਰਨਾ ਪਿੱਛਾ ਛੱਡਦੀ ਨਿਸਤਨ ਚਿਤ ਹਰਨੀ। ਕਾਮ ਕਲੇਸ਼ ਕਰੋਧਾਂ ਕਾਮ ਕਲੇਸ਼ ਕਰੋਧਾਂ ਅੰਦਰ ਪਲ ਚ ਰਿਹਾ, ਸਰ ਭਲੇ ਦੀ ਚਿਤਵਨ ਉਸ ਤੋਂ ਕੀ ਸਰਨੀ। ਕਦਮ ਕਦਮ ਤੇ ਡਿਗ ਡਿਗ ਪੈਂਦਾ ਰਾਹੀ ਜੋ, ਤਪਸ਼ ਤਲਾਂ ਦੀ ਉਸਨੇ ਕਦ ਜਰਨੀ। ਚਿਤਵਨ ਵਿੱਚ ਜੋ ਯਾਰ ਖਿਆਲੇ ਹੈ, ਚਿਤਵਨ ਵਿੱਚ ਹਰਦਮ ਜੋ ਯਾਰ ਖਿਆਲੇ ਹੈ, ਮੁਸ਼ਕਲ ਨਾ ਹੀ ਹਿਜਰਾਂ ਦੀ ਉਸਨੇ ਧਰਨੀ। ਮਨ ਮੇਰੇ ਵਿੱਚ ਵਸਦਾ ਯਾਰ ਅਨੋਖਾ ਜੋ, ਸਭ ਖੁਸ਼ੀਆਂ ਦੀ ਵਰਖਾ ਉਸ ਤੋਂ ਹੀ ਵਰਨੀ। ਗਮ ਫਿਕਰਾਂ ਵਿੱਚ ਗੋਤੇ ਨਾ ਖਾ ਰਾਤ ਦਿਨੇ, ਮਨ ਤੇ ਕਾਬੂ ਸਿੱਖ ਲੈ ਧੀਰਜ ਕਿਵ ਧਰਨੀ। ਜਿਹੜੇ ਪੈਂਡੇ ਪਥ ਪਥਰ ਵਿਖੜੇ ਪੈਂਡੇ ਪਥ ਪਥਰੀਲੇ ਪਾ ਵਿਖੜੇ ਪੈਂਡੇ ਪਥ ਪਥਰੀਲੇ ਹਾਵੀ ਨਾ, ਹਿੰਮਤ ਵਾਲੇ ਮੰਜ਼ਲ ਆਪਣੀ ਜਾ ਵਰਨੀ। ਬੱਦਲ ਕਣੀਆਂ ਰਾਤ ਹਨੇਰੀ ਰੋਕੇ ਨਾ, ਬੱਦਲ ਕਣੀਆਂ ਰਾਤ ਹਨੇਰੀ ਰੋਕੇ ਨਾ, ਸਿਦਕਾਂ ਵਾਲੇ ਨਾ ਫੁਰਕਤ ਦੀ ਜਾ ਤਰਨੀ।